ਸਵਾਗਤ ਹੈ ਜੀ ਤੁਹਾਡਾ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ ਜਿਸ ਦਾ ਨਾਮ ਹੈ ਅਮਿਤ ਜਿੰਦਲ ਪਿਆਰੇ ਵਿਦਿਆਰਥੀਓ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਇਸ਼ਤਿਹਾਰ ਨੰਬਰ 4/2021 ਜਿਹਦੇ ਵਿੱਚ ਸਕੂਲ ਲਾਇਬ੍ਰੇਰੀਅਨ ਦੀਆਂ ਪਿਛਲੀ ਸਵੇਰ ਦੇ ਵਿੱਚ 693 ਅਸਾਮੀਆਂ ਕੱਢੀਆਂ ਗਈਆਂ ਸੀ ਤੇ ਇਨ੍ਹਾਂ ਅਸਾਮੀਆਂ ਸੰਬੰਧੀ ਜੋ ਕੁਝ ਉਮੀਦਵਾਰ ਸੀ ਜਿਨ੍ਹਾਂ ਦਾ ਰਿਜ਼ਲਟ ਹਲਟ ਕੀਤਾ ਗਿਆ ਸੀ ਤੇ ਉਹਨਾਂ ਨੂੰ ਇਹ ਸੂਚਨਾ ਹੈ ਜੀ ਉਹਨਾਂ ਦੇ ਲਈ ਕਿ ਬੋਰਡ ਦੇ ਦਫ਼ਤਰ ਦੇ ਵਿੱਚ ਤੁਸੀਂ ਇੱਕ ਹਲਫੀਆ ਬਿਆਨ ਜਮ੍ਹਾਂ ਕਰਵਾਉਣਾ ਹੈ ਜਿਹਦਾ ਨਮੂਨਾ ਅੱਗੇ ਦਿੱਤਾ ਗਿਆ ਉਹ ਵੀ ਦਿਖਾਵਾਂਗੇ ਤੁਹਾਨੂੰ ਇਹ ਇਹ ਜੋ ਜਮ੍ਹਾਂ ਕਰਵਾਉਣ ਦੀ ਆਖਰੀ ਮਿਤੀ ਹੈ ਜੀ 13 5 2022 ਆ ਤਾਂ 21 ਦੀ ਜਗ੍ਹਾ ਤੇ 22 ਸਮਝਿਆ ਜਾਵੇ 13 ਮਈ 2022 ਜਨਨ ਕਿ ਅੱਜ 11 ਤਰੀਕ ਹੋ ਗਈ 12 ਤੇ 13 ਦੋ ਦਿਨ ਤੁਹਾਡੇ ਕੋਲ ਹੋਰ ਨੇ ਸਵੇਰੇ 10 ਵਜੇ ਤੋਂ ਲੈ ਕੇ ਸ਼ਾਮ ਦੇ 3:30 ਵਜੇ ਤੱਕ ਤੁਸੀਂ ਇਹ ਜਮ੍ਹਾਂ ਕਰਵਾ ਸਕਦੇ ਹੋ ਤਾਂ ਜੋ ਤੁਹਾਡੇ ਮਾਮਲੇ ਸੰਬੰਧੀ ਅਗਲੀ ਕਾਰਵਾਈ ਆ ਜੋ ਕੀਤੀ ਜਾ ਸਕੇ ਤੇ ਨਾਲ ਹੀ ਦੱਸਿਆ ਜਾਂਦਾ ਕਿ ਨੱਥੀ ਲਿਸਟ ਦੇ ਅਨੁਸਾਰ ਕੇਵਲ ਰੋ ਨੰਬਰ ਅਨੁਸਾਰ ਬੁਲਾਏ ਗਏ ਉਮੀਦਵਾਰ ਹੀ ਆਪਣਾ ਹਲਫੀਆ ਬਿਆਨ ਜਮ੍ਹਾਂ ਕਰਵਾਉਣ ਲਈ ਹਾਜ਼ਰ ਹੋਣਗੇ ਤਾਂ ਜਿਹੜੇ ਜਿਹੜੇ ਕੈਂਡੀਡੇਟਸ ਦੀ ਅੱਗੇ ਲਿਸਟ ਦਿਖਾ ਰਹੇ ਆ ਤੁਹਾਨੂੰ ਉਹ ਕੈਂਡੀਡੇਟਸ ਨੇ ਹੀ ਹਲਫਿਆ ਬਿਆਨ ਜਮ੍ਹਾਂ ਕਰਵਾਉਣ ਦੇ ਲਈ ਜਾਣਾ ਹੈ ਇਹ ਦੇਖ ਸਕਦੇ ਹੋ ਜੀ ਤੁਸੀਂ ਹੈਲਡ ਇਨ ਅਵੇਅנס ਵਿੱਚ ਰੱਖੇ ਗਏ ਉਮੀਦਵਾਰਾਂ ਦੇ ਰੋਲ ਨੰਬਰ ਨੇ ਜੀ ਇਹ ਕੁੱਲ 88 ਕੈਂਡੀਡੇਟ ਨੇ ਜੋ ਇਹ ਬੁਲਾਏ ਗਏ ਨੇ ਰੋਲ ਨੰਬਰ ਤੁਹਾਡੇ ਸਾਹਮਣੇ ਦਿੱਤੇ ਗਏ ਨੇ ਜਿਨ੍ਹਾਂ ਦੇ ਇਹਨਾਂ ਕੈਂਡੀਡੇਟਸ ਨੇ ਆਪਣਾ ਹਲਫਿਆ ਬਿਆਨ ਜਮ੍ਹਾਂ ਕਰਵਾਉਣ ਦੇ ਲਈ ਜਾਣਾ ਹੈ ਰੋਲ ਨੰਬਰ ਤੁਸੀਂ ਲਿਸਟ ਦੇ ਵਿੱਚ ਚੈੱਕ ਕਰ ਸਕਦੇ ਹੋ ਅੱਗੇ ਆ ਜੀ ਇਹ ਹਲਫਿਆ ਬਿਆਨ ਹੈ ਜੀ ਨਮੂਨਾ ਤਾਂ ਇਹ ਹਲਫਿਆ ਬਿਆਨ ਤੁਸੀਂ ਪ੍ਰਿੰਟ ਵੀ ਕਰਵਾ ਸਕਦੇ ਹੋ ਜਾਂ ਦੁਬਾਰਾ ਤੋਂ ਟਾਈਪ ਕਰਵਾ ਸਕਦੇ ਹੋ ਠੀਕ ਹੈ ਜੀ ਹਲਫਿਆ ਬਿਆਨ ਜਮ੍ਹਾਂ ਕਰਵਾਉਣ ਤੋਂ ਬਾਅਦ ਤੁਸੀਂ ਬੋਰਡ ਦੇ ਦਫ਼ਤਰ ਦੇ ਵਿੱਚ ਭਰਨ ਤੋਂ ਬਾਅਦ ਅੱਗੇ ਵਿਦਿਗ ਯੋਗਤਾ ਸੰਬੰਧੀ ਸਵੈ ਘੋਸ਼ਨਾ ਪੱਤਰ ਹੈ ਜਾਂ ਤਸਦੀਕੀ ਪੱਤਰ ਹੈ ਇਹ ਵੀ ਭਰ ਕੇ ਤੁਸੀਂ ਬੋਰਡ ਦੇ ਦਫ਼ਤਰ ਦੇ ਵਿੱਚ ਜਮ੍ਹਾਂ ਕਰਵਾਉਣਾ ਹੈ 13 ਤਰੀਕ ਲਾਸਟ ਹੈ ਜੀ 13 ਮਈ 2022 ਆ ਦੋ ਦਿਨ ਨੇ ਤੁਹਾਡੇ ਕੋਲੇ 12 ਤੇ 13 ਤਰੀਕ ਸਵੇਰੇ 10 ਵਜੇ ਤੋਂ ਲੈ ਕੇ ਸ਼ਾਮ ਦੇ 3:30 ਵਜੇ ਤੱਕ ਤੁਸੀਂ ਇਸ ਨੂੰ ਜਮ੍ਹਾਂ ਕਰਵਾ ਸਕਦੇ ਹੋ ਹੋਰ ਜਾਣਕਾਰੀ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਕਰੋ ਤੇ ਦੋਸਤਾਂ ਦੇ ਨਾਲ ਸ਼ੇਅਰ ਕਰੋ